ਹਾਂਗਕਾਂਗ ਵਿੱਚ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਡਾਕਟਰ, ਵਕੀਲ, ਵਿਦਿਆਰਥੀ, ਕਾਮੇ, ਘਰੇਲੂ ਸਵਾਣੀਆਂ ਸਾਰੇ ਨਵੇਂ ਆ ਰਹੇ ਕਾਨੂੰਨ ਦੇ ਵਿਰੋਧ ਵਿੱਚ ਸੜਕਾਂ 'ਤੇ ਆ ਗਏ ਨੇ। ਇਹ ਲੋਕ ਰੋਹ ਨੂੰ ਹਾਂਗਕਾਂਗ ਸਰਕਾਰ ਚੀਨ ਵਾਂਗੂ ਦਬਾ ਨਹੀਂ ਸਕਦੀ, ਕਿਉਂਕਿ ਹਾਂਗਕਾਂਗ ਚੀਨ ਦੇ ਥੱਲੇ ਹੋਣ ਦੇ ਬਾਵਜੂਦ ਵੀ ਆਪਣੀ ਆਜ਼ਾਦ ਹੈਸੀਅਤ ਰੱਖਦਾ ਹੈ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।